ਜੀ ਅਸਲਾਮ ਵਾਲੇਕੁਮ ਜੀ ਜਾਨ ਸਾਹਿਬ ਠੀਕ ਹੋ ਸਰ ਦੁਆਏ ਆਪ ਮੈਂ ਜਨਾਬ ਘੰਟਾ ਘਰ ਤੋਂ ਲੱਭਣਾ ਸ਼ੁਰੂ ਕੀਤਾ ਹੈ ਅਤੇ ਚਨੋਟ ਬਾਜ਼ਾਰ ਗਿਆ ਚਨੋਟ ਬਾਜ਼ਾਰ ਤੁਸੀਂ ਨਹੀਂ ਨਜ਼ਰ ਆਏ ਫਿਰ ਮੈਂ ਝੰਗ ਬਾਜ਼ਾਰੋਂ ਗੁਜ਼ਰ ਰਿਹਾ ਸੀ ਅਤੇ ਮੇਰੀ ਅਚਾਨਕ ਨਜ਼ਰ ਪਈ ਮੈਂ ਕਿਹਾ ਲਓ ਜੀ ਜਾਨ ਭਾਜੀ ਸਾਹਿਬ ਇੱਕ ਪਾਨ ਵਾਲੀ ਦੁਕਾਨ 'ਤੇ ਬੈਠੇ ਨੇ ਅਤੇ ਚਲੋ ਉਹਨਾਂ ਨਾਲ ਗੱਪਸ਼ੱਪ ਲਾ ਲਈਏ ਬੜੀ ਮਿਹਰਬਾਨੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮੈਂ ਕੀ ਵਜ੍ਹਾ ਹੈ ਵੀ ਪਹਿਲੇ ਤਾਂ ਚਨੋਟ ਬਾਜ਼ਾਰ ਬੜੇ ਦੋਸਤ ਬੈਠੇ ਹੁੰਦੇ ਸੀ ਬੜੇ ਫੁਲਕਾਰ ਬੈਠੇ ਹੁੰਦੇ ਸੀਗੇ ਹੁਣ ਚਨੋਟ ਬਾਜ਼ਾਰ ਬੈਠਣਾ ਉੱਠਣਾ ਨਹੀਂ ਹੋ ਰਿਹਾ ਕੀ ਵਜ੍ਹਾ ਆ ਸਾਰੇ ਲੋਕ ਬੈਠਦੇ ਹੁੰਦੇ ਸੀ ਮੈਂ ਕਿਸੇ ਦੌਰ ਚ ਮੈਨੂੰ ਵੀ ਯਾਦ ਹੈ ਬੜੇ ਬੜੇ ਸੀਨੀਅਰ ਲੋਕ ਔਰ ਜਿੰਨੇ ਵੀ ਡਰਾਮੇ ਲੱਗਦੇ ਸੀ ਫੈਸਲਾਬਾਦ ਇੱਕ ਅੱਧਾ ਹੀ ਡਰਾਮਾ ਉਦੋਂ ਲੱਗਦਾ ਸੀ ਇੱਕ ਅੱਧਾ ਡਰਾਮਾ ਲੱਗਦਾ ਤੇ ਸਾਰੀ ਟੀਮ ਰਾਤ ਨੂੰ ਚਨੋਟ ਬਾਜ਼ਾਰ ਬੈਠੀ ਹੁੰਦੀ ਸੀ ਗੱਪਸ਼ੱਪ ਲਾ ਰਹੀ ਹੁੰਦੀ ਸੀਗੀ ਹੁਣ ਤਾਂ ਇਸ ਤਰ੍ਹਾਂ ਹੀ ਹੈ ਜੀ ਕਿ ਕਿਤੇ ਆ ਕੋਈ ਫੁਲਕਾਰ ਦੋਸਤ ਮਿਲ ਜਾਏ ਚਲੋ ਉਹਨਾਂ ਕੋਈ ਗੱਪਸ਼ੱਪ ਲਾ ਲਈਏ ਅਦਰਵਾਈਜ਼ ਲੱਭਦਾ ਕੋਈ ਨਹੀਂ ਇਹਦੀ ਕੀ ਰੀਜ਼ਨ ਹੈ ਉਹ ਸਰ ਅੱਗੇ ਤਾਂ ਹੁੰਦਾ ਸੀ ਜੀਸ਼ਾਨ ਸਾਹਿਬ ਕੋਈ ਡਰਾਮਾ ਹੁੰਦਾ ਸੀ ਸਾਰੇ ਆਰਟਿਸਟ ਚਨੋਟ ਬਾਜ਼ਾਰ ਬੈਠ ਜਾਂਦੇ ਸੀ ਉਹਦੀ ਵਜ੍ਹਾ ਇਹ ਸੀ ਕਿ ਕੰਮ ਦਾ ਖੌਫ ਵੀ ਹੁੰਦਾ ਸੀ ਔਰ ਕੁਝ ਆਰਟਿਸਟ ਇੱਕ ਦੂਸਰੇ ਮਿਲ ਕੇ ਖੁਸ਼ ਹੁੰਦੇ ਸੀ ਹੁਣ ਤਾਂ ਮੇਰਾ ਖਿਆਲ ਆਰਟਿਸਟ ਇੱਕ ਦੂਸਰੇ ਨੂੰ ਮਿਲ ਕੇ ਬਸ ਖੁਸ਼ੀ ਹੁੰਦੀ ਨਾ ਮਸਨੂਈ ਜੀ ਖੁਸ਼ੀ ਹੁੰਦੀ ਜਿਹੜੀ ਦੋ ਮਿੰਟ ਉਦੋਂ ਬੜੀ ਚਾਹਤ ਹੁੰਦੀ ਸੀ ਆਰਟਿਸਟਾਂ 'ਚ ਹਾਂਜੀ ਨਹੀਂ ਹੁੰਦੀ ਤਾਂ ਦੇਖੋ ਜੀ ਮਤਲਬ ਫੜ ਫੜ ਕੇ ਬਿਠਾਉਂਦੇ ਹੁੰਦੇ ਸੀ ਕਿ ਉਹ ਯਾਰ ਨੂੰ ਕੰਮ ਹਾਂਜੀ ਸੀਨੀਅਰ ਦਾ ਇਤਰਾਮ ਹੁੰਦਾ ਸੀ ਹਾਂਜੀ ਫਿਰ ਔਰ ਕੰਮ ਹੁੰਦਾ ਸੀ ਬਿਲਕੁਲ ਐਸਾ ਜੀ ਬਿਲਕੁਲ ਐਸਾ ਔਰ ਅਦਬ ਇਤਰਾਮ ਹੁੰਦਾ ਸੀ ਅਤੇ ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ ਕਿੱਥੇ ਬਿਜ਼ੀ ਬਿਜ਼ੀ ਮੈਂ ਇਨਸ਼ਾਅੱਲਾ ਇੱਕ ਕੰਮ ਹੋ ਰਿਹਾ ਉਹ ਪੂਰਾ ਕੰਮ ਹੋ ਜਾਏਗਾ ਮਤਲਬ ਕਿ ਮਤਲਬ ਪਾਏ ਤਕਮੀਲ ਤੱਕ ਪਹੁੰਚੇਗਾ ਤਾਂ ਤੁਹਾਨੂੰ ਦੱਸਾਂ ਨਹੀਂ ਇਹ ਡਰਾਮੇ ਤੋਂ ਹਟ ਕੇ ਜਾਂ ਮਤਲਬ ਡਰਾਮੇ ਆਰਟ ਦੇ ਹਵਾਲੇ ਨਾਲ ਆਰਟ ਦੇ ਹਵਾਲੇ ਮਾਸ਼ਾਅੱਲਾ ਤੁਸੀਂ ਫਿਲਮਾਂ ਵੀ ਕੀਤੀਆਂ ਹਾਂਜੀ ਟੀ ਵੀ 'ਤੇ ਵੀ ਕੰਮ ਕੀਤਾ ਹੈ ਟੀ ਵੀ 'ਤੇ ਵੀ ਕੀਤਾ ਸਟੇਜ 'ਤੇ ਵੀ ਕੰਮ ਸਟੇਜ 'ਤੇ ਵੇਖਣਾ ਕੰਮ ਕੀਤਾ ਅਤੇ ਤੁਸੀਂ ਮਤਲਬ ਕਿਹੜਾ ਜ਼ਿਆਦਾ ਤੁਹਾਨੂੰ ਅੱਛਾ ਲੱਗਾ ਹੈ ਮਤਲਬ ਟੀ ਵੀ ਜ਼ਿਆਦਾ ਅੱਛਾ ਲੱਗਾ ਹੈ ਸਟੇਜ 'ਤੇ ਜ਼ਿਆਦਾ ਅੱਛਾ ਲੱਗਾ ਹੈ ਜਾਂ ਫਿਲਮ 'ਤੇ ਜ਼ਿਆਦਾ ਅੱਛਾ ਕੀ ਮਤਲਬ ਤੁਸੀਂ ਇਹਨਾਂ 'ਚ ਡਿਫਰੈਂਸ ਕੀ ਫਰਕ ਮਹਿਸੂਸ ਕੀ ਕੀਤਾ ਟੀ ਵੀ ਫਿਲਮ ਸਟੇਜ ਸ਼ੋਭਾ ਤਾਂ ਅਦਾਕਾਰੀ ਹੈ ਨਾ ਹਾਂਜੀ ਅਦਾਕਾਰੀ ਨੇ ਅਦਾਕਾਰੀ ਕਰਨੀ ਹੈ ਹਾਂਜੀ ਸਟੇਜ ਵੀ ਅੱਛਾ ਲੱਗਾ ਫਿਲਮ ਦਾ ਮੌਕਾ ਮਿਲਿਆ ਉਹ ਵੀ ਆਪਣੀ ਹੱਦ ਤੱਕ ਬਹੁਤ ਅੱਛਾ ਲੱਗਾ ਟੀ ਵੀ ਵੀ ਠੀਕ ਹੈ ਲੇਕਿਨ ਕੰਮ ਹੋਵੇ ਅਤੇ ਸਕ੍ਰਿਪਟ 'ਚ ਰੋਲ ਅੱਛਾ ਹੋਵੇ ਤਾਂ ਬਹੁਤ ਮਜ਼ਾ ਆਉਂਦਾ ਤੁਸੀਂ ਅੱਜ ਕੱਲ੍ਹ ਮੈਂ ਡਰਾਮੇ ਲੱਗੇ ਹੁੰਦੇ ਨੇ ਕਮਰਸ਼ੀਅਲ ਡਰਾਮੇ ਚੱਲਦੇ ਨੇ ਬਹੁਤ ਘੱਟ ਘੱਟ ਤੁਹਾਨੂੰ ਦੇਖਿਆ ਕਿ ਤੁਸੀਂ ਡਰਾਮਾ ਕਰ ਰਹੇ ਹੋ ਕਦੀ ਇਹ ਕੋਈ ਖਾਸ ਕੋਈ ਰੋਲ ਹੋਵੇ ਜਾਂ ਕੋਈ ਖਾਸ ਡਰਾਮਾ ਹੋਵੇ ਜਿਹਦੇ 'ਚ ਤੁਹਾਨੂੰ ਯਾਦ ਕੀਤਾ ਜਾਂਦਾ ਇਹਦੀ ਕੀ ਵਜ੍ਹਾ ਹੈ ਕੋਈ ਵਜ੍ਹਾ ਨਹੀਂ ਜਿਹੜਾ ਮੇਰੇ ਕਿਸਮ ਦਾ ਰਿਜ਼ਲਟ ਹੈਗਾ ਉਹ ਮਿਲਣਾ ਮੈਂ ਦੇਖਣ ਵਾਲੇ ਮਤਲਬ ਹੁਣ ਚੇਂਜ ਹੋ ਗਏ ਨੇ ਜਾਂ ਮਤਲਬ ਕਰਵਾਉਣ ਵਾਲਿਆਂ ਨੂੰ ਨਹੀਂ ਤਮੀਜ਼ ਰਹੀ ਕਰਵਾਉਣ ਦੀ ਯਾਨੀ ਕਿ ਮੇਰਾ ਮਤਲਬ ਡਾਇਰੈਕਟਰ ਜਿਹੜੇ ਸਾਡੇ ਸ਼ਹਿਰ ਦੇ ਨੇ ਜਾਂ ਦੂਸਰੇ ਸ਼ਹਿਰਾਂ ਦੇ ਨੇ ਕੀ ਵਜ੍ਹਾ ਨਹੀਂ ਇਹ ਵੀ ਕਹਿ ਸਕਦੇ ਕਿ ਡਾਇਰੈਕਟਰ ਨੂੰ ਤਮੀਜ਼ ਨਹੀਂ ਮੇਰਾ ਖਿਆਲ ਡਾਇਰੈਕਟਰ ਨੂੰ ਤਮੀਜ਼ ਹੈ ਅਤੇ ਉਹ ਲੇਕਿਨ ਡਰਿਆ ਹੋਇਆ ਡਰਾਮਾ ਨਹੀਂ ਛੋੜਨਾ ਚਾਹੁੰਦਾ ਉਹ ਪ੍ਰੋਡਿਊਸਰ ਕੋਲ ਡਰਿਆ ਹੋਇਆ ਕਿ ਹਾਏ ਅਗਰ ਮੈਂ ਲਾਫਟਰ ਵਾਲਾ ਡਰਾਮਾ ਨਾ ਦਿੱਤਾ ਤਾਂ ਸ਼ਾਇਦ ਪ੍ਰੋਡਿਊਸਰ ਮੈਨੂੰ ਬਾਹਰ ਹੀ ਨਾ ਕਰ ਦੇਵੇ ਡਰਾਮੇ 'ਚ ਉਹ ਇਹ ਰਿਹਾ ਕਿ ਡਾਇਰੈਕਟਰ ਵੀ ਇਜ਼ੀ ਹੋਇਆ ਉਹ ਕਹਿੰਦਾ ਬਣਾ ਲਓ ਯਾਰ ਇੱਥੇ ਤੂੰ ਚੌਧਰੀ ਤੂੰ ਨੌਕਰ ਮੈਂ ਬਣਾ ਲਾ ਇਹ ਕਿਸ ਤਰ੍ਹਾਂ ਜਾਨ ਸਾਹਿਬ ਬਿਹਤਰੀ ਆ ਸਕਦੀ ਅੱਛਾ ਅਤੇ ਉਹ ਨੌਕਰ ਮੈਂ ਬਣਾ ਲੈਂਦਾ ਤੂੰ ਬਾਹਰੋਂ ਆਇਆ ਤੂੰ ਇੱਕ ਵਾਰੀ ਨਾ ਐਂਟਰੀ ਬਣਾ ਲਾ ਲੇਕਿਨ ਇੰਜ ਨਹੀਂ ਹੁੰਦਾ ਸੀ ਪਹਿਲੇ ਜਿਸ ਤਰ੍ਹਾਂ ਹੋ ਗਿਆ ਐਡਾ ਈਜ਼ੀ ਕੰਮ ਕਿ ਤੂੰ ਐਕਟਰ ਕਿਸ ਤਰ੍ਹਾਂ ਬਣਾ ਲਵੇ ਡਾਇਰੈਕਟਰ ਦੀ ਮਿਹਨਤ ਕਿੱਥੇ ਗਈ ਸਕ੍ਰਿਪਟ ਕਿੱਥੇ ਗਈ ਸਕ੍ਰਿਪਟ ਤਾਂ ਮਾਰ ਦਿੱਤਾ ਗਿਆ ਮਸਲਾ ਜੀ ਜਿਸ ਲਈ ਤੁਸੀਂ ਆਪ ਹੀ ਇਜਾਜ਼ਤ ਦੇ ਦਿੰਦਾ ਤੂੰ ਬਣਾ ਲੈ ਅਤੇ ਡਾਇਰੈਕਸ਼ਨ ਸ਼ੋਭਾ ਕਿੱਥੇ ਗਿਆ ਮੇਰੇ ਅੰਦਾਜ਼ੇ ਨਾਲ ਜਾਨ ਸਾਹਿਬ ਡਾਇਰੈਕਸ਼ਨ ਸ਼ੋਭਾ ਉਦੋਂ ਤੱਕ ਰਿਹਾ ਜਦੋਂ ਤੱਕ ਨਾ ਤਾਰਕ ਜਵੇਦ ਸਾਹਿਬ ਕੰਮ ਕਰਦੇ ਰਹੇ ਸਰ ਉਦੋਂ ਹੁਣ ਤਾਂ ਡਾਇਰੈਕਟਰ ਪ੍ਰੋਡਿਊਸਰ ਕੋਲੋਂ ਡਰਿਆ ਹੋਇਆ ਉਦੋਂ ਤਾਰਕ ਸਾਹਿਬ ਕੋਲੋਂ ਪ੍ਰੋਡਿਊਸਰ ਡਰਿਆ ਹੁੰਦਾ ਸੀ ਡਾਇਰੈਕਟਰ ਕੋਲੋਂ ਡਾਇਰੈਕਟਰ ਕੋਲੋਂ ਪ੍ਰੋਡਿਊਸਰ ਡਰਿਆ ਹੁੰਦਾ ਸੀ ਕਿ ਯਾਰ ਇਹ ਜੋ ਇਹਦੀ ਰਿਕੁਆਇਰਮੈਂਟ ਹੈ ਮੈਂ ਉਹੀ ਦੇਖ ਅੱਛਾ ਸਾਡੇ ਨਾਗਰਿਕ ਨੂੰ ਨਾ ਬਹੁਤ ਸਾਰੇ ਲੋਕ ਐਸੇ ਵੀ ਆਏ ਨੇ ਜਿਹਨਾਂ ਨੂੰ ਇਸ ਬਾਰੇ ਕਿ ਡਾਇਰੈਕਟਰ ਔਰ ਪ੍ਰੋਡਿਊਸਰ ਦਾ ਪਤਾ ਨਹੀਂ ਹੈ ਕਿ ਇਹਨਾਂ ਦੀ ਜੋਬ ਅਲੱਗ ਅਲੱਗ ਕਿਸ ਤਰ੍ਹਾਂ ਹੈ ਕਈ ਲੋਕ ਮੈਂ ਡਾਇਰੈਕਟਰ ਹਾਂ ਮੈਨੂੰ ਪ੍ਰੋਡਿਊਸਰ ਵੀ ਕਹੀ ਜਾਂਦੇ ਨੇ ਕਈ ਲੋਕ ਪ੍ਰੋਡਿਊਸਰ ਡਾਇਰੈਕਟਰ ਕਹੀ ਜਾਂਦੇ ਨੇ ਅੱਛਾ ਜੇ ਡਾਇਰੈਕਟਰ ਉਹ ਹੁੰਦਾ ਹੈ ਜਿਹੜਾ ਡਰਾਮਾ ਤਿਆਰ ਕਰਦਾ ਜਿਹੜਾ ਫਨਕਾਰਾਂ ਨੂੰ ਦੱਸਦਾ ਹੈ ਕਿ ਇਹ ਕਹਾਣੀ ਹੈ ਸਕ੍ਰਿਪਟ ਇਹ ਤੁਸੀਂ ਡਾਇਲੋਗ ਡਿਲੀਵਰੀ ਕਰਨੀ ਹੈ ਸਮੂਥ ਤੇ ਚਲਾਉਣਾ ਹੈ ਔਰ ਜਿਹੜਾ ਸਾਡਾ ਪ੍ਰੋਡਿਊਸਰ ਹੁੰਦਾ ਇਨਵੈਸਟਰ ਜਿਹੜਾ ਪੈਸੇ ਇਨਵੈਸਟ ਕਰਦਾ ਹੈ
ਤੇ ਇਹ ਦੋਨਾਂ ਦਾ ਡਿਫਰੈਂਸ ਹੈ। ਲੇਕਿਨ ਇਹ ਹੈ ਕਿ ਹੁਣ ਚੂੰਕਿ ਜਦੀਦ ਦੌਰ ਹੈ, ਨੈੱਟ ਦਾ ਦੌਰ ਨਹੀਂ, ਨੈੱਟ ਦਾ ਦੌਰ ਨਹੀਂ, ਨੈੱਟ ਦਾ ਦੌਰ ਹੈ ਜਾਂ ਜਦੀਦ ਦੌਰ ਹੈ, ਇਹਦੇ ਵਿੱਚ ਗੱਲ ਨਾਲ ਮੇਰਾ ਮੈਂ ਸ਼ੁਰੂ ਕਰਨੀ। ਆਰਟਿਸਟ ਜਿਹੜਾ ਉਹ ਸਿਰਫ ਆਰਟਿਸਟ ਹੈ, ਉਹ ਅੱਜ ਤੋਂ 50 ਸਾਲ ਪਿੱਛੇ ਵੀ ਚਲ ਜਾਓ, 50 ਸਾਲ ਫਿਰ ਅੱਗੇ ਚਲ ਜਾਓ, ਆਰਟਿਸਟ ਜਿਹੜਾ ਆਉਣਾ ਪੈਦਾ ਹੋਣਾ ਉਹ ਸਿਰਫ ਆਰਟਿਸਟ ਹੀ ਹੋਣਾ। ਅੱਛਾ, ਉਹਦਾ ਇਹ ਨਹੀਂ ਦੌਰ ਕਿ ਅਗਰ ਉਹ ਅੱਛਾ ਕੰਮ ਕਰੇਗਾ ਕੰਪਿਊਟਰ ਤਾਂ ਉਹਦਾ ਅੱਛਾ ਜਾਏਗਾ, ਅਗਰ ਸਟੇਜ 'ਤੇ ਅੱਛਾ ਕਰੇਗਾ ਜਾਂ ਟੇਕ ਕਰੇਗਾ ਜਿੱਥੇ ਵੀ ਕਰੇਗਾ ਉਹ ਅੱਛਾ ਕਰੇਗਾ ਤਾਂ ਲੋਕ ਕਹਿਣਗੇ ਵੈਰੀ ਗੁੱਡ, ਬਹੁਤ ਅੱਛਾ ਆਰਟਿਸਟ। ਅੱਛਾ, ਉਹ ਇਹ ਰਿਹਾ ਅੱਜ ਕੱਲ੍ਹ ਕਿ ਉਹਨੂੰ ਆਰਟਿਸਟ ਕਿਹਾ ਜਾ ਰਿਹਾ, ਉਹਦੀ ਰਿਸਪੈਕਟ ਕੀਤੀ ਜਾ ਰਹੀ ਹੈ ਜਿਹੜਾ ਗੰਦੀਆਂ ਗੱਲਾਂ ਕਰ ਰਿਹਾ, ਲਾਫਟਰ ਲੈ ਲਵੇ ਚਾਹੇ ਉਹ ਗੰਦੀ ਗੱਲ ਕਰਕੇ ਲੈ। ਉਹਨੂੰ ਸਿਰਫ ਇਹ ਨਹੀਂ ਪਤਾ ਕਿ ਇਹਦੀ ਬਾਡੀ ਮੂਵਮੈਂਟ ਕੀ ਹੈਗੀ, ਫੁੱਟਵਰਕ ਕੀ ਹੈਗਾ, ਫੇਸ ਐਕਸਪ੍ਰੈਸ਼ਨ ਮੇਰਾ ਉਹ ਹੈਗਾ ਕਿ ਜਿਹੜੀ ਮੈਂ ਗੱਲ ਕਰ ਰਿਹਾ, ਬਿਲਕੁਲ ਠੀਕ ਹੈ ਜੀ। ਲੇਕਿਨ ਉਹ ਹੋ ਕੀ ਰਿਹਾ ਕਿ ਯਾਰ ਉਹ ਬੱਚੇ ਨੂੰ 100 ਗੱਲ, ਉਹ ਬੱਚੇ ਨੂੰ ਬੁਲਾ ਲਓ, ਕਿਉਂ ਬੁਲਾ ਲਓ, ਉਹਨੂੰ 100 ਗੱਲਾਂ ਯਾਦ, ਉਹਨੇ ਲਾਫਟਰ ਕਰ ਲੈਣੇ ਨੇ, ਬਾਈ ਮੇਰੇ ਇੰਝ ਡਰਾਮਾ ਅੱਛਾ ਨਹੀਂ ਹੋਣਾ ਇੰਝ ਇਸ ਤਰੀਕੇ ਨਾਲ, ਅਤੇ ਫਨਕਾਰ ਦੀ ਜਿਹੜੀ ਪਹਿਲੇ ਰਿਸਪੈਕਟ ਸੀ ਉਹ ਹੀ ਖਤਮ ਹੋ ਗਈ। ਬਿਲਕੁਲ, ਅਸੀਂ ਡਰਾਮਾ ਕਰੀਦਾ ਸੀ ਜ਼ੇਸ਼ਾਨ ਸਾਹਿਬ, ਤੁਸੀਂ ਵੀ ਮਾਸ਼ਾਅੱਲਾ ਸਾਡੇ ਉਸੇ ਦੌਰ ਦੇ ਹੋ, ਸਾਡੇ ਭਾਈ ਹੋ ਤੁਸੀਂ, ਉਹ ਤਾਰਕ ਸਾਹਿਬ ਦੀ ਸਟੱਡੀ 'ਚ ਵੀ ਤੁਸੀਂ ਮਾਸ਼ਾਅੱਲਾ ਕਾਫੀ ਕੰਮ ਕਰਿਆ ਹੋਣਾ, ਉਹਨਾਂ ਦਾ ਹੀ ਜੁੱਤੀਆਂ ਦਾ ਤਫੈਲ ਅੱਜ ਅਸੀਂ ਕੰਮ ਕਰ ਰਹੇ ਹਾਂ। ਅਗਰ ਕੋਈ ਥੋੜ੍ਹੀ ਬਹੁਤ ਲੱਭੇ ਇਹਦਾ ਪਤਾ ਹੈ ਤਾਂ ਤਾਰਕ ਜਵੇਦ ਸਾਹਿਬ ਦੀ ਵਜ੍ਹਾ ਤੋਂ ਹੀ ਹੈ, ਕਿਉਂਕਿ ਤਾਰਕ ਸਾਹਿਬ ਦੇ ਡਰਾਮੇ ਤਾਂ ਇਹ ਹੁੰਦਾ ਸੀ ਕਿ ਤਾਰਕ ਸਾਹਿਬ ਨੂੰ ਅੱਲਾ ਜਨਮ ਪਤਾ ਉਸ ਜਗ੍ਹਾ ਤਾਪ ਕਮਾ, ਔਰ ਜਿਹੜੇ ਹਜ਼ੂਰ ਸਰ ਅਸਲ ਵਿਚਾਰਾਂ ਵਿੱਚ ਲਿਖੇ ਉਹ ਚਿੰਤਾ 'ਚ ਕਰਕੇ ਮਾਰ, ਜਿਹੜੇ ਹੈ ਉਹਨਾਂ ਵਿੱਚ ਹੈ, ਗੱਲ ਹੋ ਰਹੀ ਕਾਰਟ ਦੇ ਮੌਸਮ। ਤਾਰਕ ਸਾਹਿਬ ਦਾ ਡਰਾਮਾ ਇਹ ਹੁੰਦਾ ਸੀ ਕਿ ਅਗਰ ਇਹ ਕਦਮ ਅੰਦਰ ਆਇਆ ਨਾ ਤਾਂ ਉਹਦਾ ਬੈਕਗਰਾਊਂਡ ਮਿਜ਼ੋ ਕੀ ਹੈਗਾ, ਕਿਸ ਮਤਲਬ ਕਿ ਅੱਛਾ ਇਨਸਾਨ ਅਤੇ ਅੱਛਾ ਉਹਦਾ ਪਿੱਛੇ ਬੈਕਗਰਾਊਂਡ, ਅਗਰ ਕੋਈ ਉਹ ਪੋਜ਼ਿਟਿਵ ਰੋਲ ਹੈ, ਨੈਗੇਟਿਵ ਰੋਲ ਹੈ ਅਤੇ ਨੈਗੇਟਿਵ ਇਫੈਕਟ ਉਹਦੇ ਪੋਜ਼ੀਟਿਵ ਅਤੇ ਪੋਜ਼ੀਟਿਵ। ਪਹਿਲੇ ਤਾਂ ਇਹ ਹੁੰਦਾ ਸੀ ਜਾਨ ਸਾਹਿਬ ਕਿ ਸੈੱਟ ਤੁਸੀਂ ਲੱਗਣਾ, ਜਿਹੜਾ ਸੈੱਟ ਦਾ ਅਗਰ ਘਰ ਦਾ ਸੈੱਟ ਹੈ ਜਾਂ ਮਤਲਬ ਚੌਂਕ ਦਾ ਸੈੱਟ ਦੀ ਰਿਕੁਆਇਰਮੈਂਟ ਪੂਰੀ ਕੀਤੀ ਜਾਂਦੀ ਸੀ, ਉਸ ਤੋਂ ਬਾਅਦ ਜਿਹੜੇ ਫਨਕਾਰ ਪਰਫੋਰਮ ਕਰ ਰਹੇ ਨੇ, ਅਗਰ ਕੋਈ ਬਦਮਾਸ਼ ਕਰ ਰਿਹਾ ਤਾਂ ਉਹਦਾ ਬਦਮਾਸ਼ ਦਾ ਪੂਰਾ ਗੈਟਅਪ, ਉਹਦੇ ਕੱਪੜੇ ਵਗੈਰਾ ਸਟਿਚ ਕਰਾਏ ਜਾਂਦੇ, ਉਹਦੀ ਪ੍ਰੋਪਸ ਪੂਰੀ ਮਿਲਦੀ ਸੀ ਜੀ। ਉਸ ਤੋਂ ਬਾਅਦ ਫਿਰ ਗੈਟਅਪ 'ਤੇ ਆ ਜਾਓ ਅਤੇ ਉਹ ਮਤਲਬ ਸਾਡਾ ਮੇਕਅਪ ਆਰਟਿਸਟ ਹੁੰਦਾ ਸੀ, ਉਹਦੇ ਵਾਸਤੇ ਜਿਹੜੀ ਰਿਕੁਆਇਰਡ ਸੀ ਦਾੜੀ ਏ ਮੋਛੇ ਵਿੱਚ ਉਹ ਅਰੇਂਜ ਕੀਤੀ ਜਾਂਦੀ ਸੀ। ਫਿਰ ਉਸ ਤੋਂ ਬਾਅਦ ਮਤਲਬ ਜਿਹੜਾ ਡਰਾਮੇ ਦੇ ਵਿੱਚ ਮਿਊਜ਼ਿਕ ਬੈਕਗਰਾਊਂਡ ਮਿਊਜ਼ਿਕ ਚੱਲਣਾ, ਇੰਟਰੀ ਮਿਊਜ਼ਿਕ, ਇੰਟਰੈਕਸ਼ਨ ਮਿਊਜ਼ਿਕ, ਜਿਹੜਾ ਮਤਲਬ ਉਹਦੇ ਵਿੱਚ ਅਗਰ ਬਦਮਾਸ਼ ਦੇ ਮਿਊਜ਼ਿਕ ਤਾਂ ਬਦਮਾਸ਼ ਮਿਊਜ਼ਿਕ ਚਾਹੀਦਾ, ਅਗਰ ਕਿਤੇ ਬੈਂਕ ਚਾਹੀਦਾ ਜਾਂ ਕਿਤੇ ਟ੍ਰੈਜਡੀ ਸੀਨ ਹੈ ਤਾਂ ਫਲੂਟ ਚਾਹੀਦਾ, ਇਹ ਚੀਜ਼ਾਂ ਅਰੇਂਜ ਕੀਤੀਆਂ ਜਾਂਦੀਆਂ ਸੀ। ਲੇਕਿਨ ਹੁਣ ਸਾਰਾ ਕੁਛ ਹੀ ਖਤਮ ਹੋ ਗਿਆ। ਸਰ ਮੈਂ ਨਾ ਕਦੀ ਵੀ ਮੈਨੂੰ ਖੁਸ਼ੀ ਹੁੰਦੀ ਸਵਾ ਕੇ, ਅਤੇ ਤੁਸੀਂ ਮੈਨੂੰ ਪੁੱਛਿਆ ਕਿ ਡਰਾਮੇ 'ਚ ਤੁਸੀਂ ਨਜ਼ਰ ਨਹੀਂ ਆ ਰਹੇ, ਮੈਨੂੰ ਬਾਅਦ ਟਾਈਮ ਬੜੀ ਖੁਸ਼ੀ ਹੁੰਦੀ ਕਿ ਯਾਰ ਕਿ ਮੈਂ ਨਜ਼ਰ ਇਸ ਕਰਕੇ ਨਹੀਂ ਆ ਰਿਹਾ ਕਿ ਡਰਾਮਾ ਨਹੀਂ ਹੋ ਰਿਹਾ, ਸਕ੍ਰਿਪਟ ਹੋ ਰਹੇ ਅਤੇ ਮੈਂ ਨਜ਼ਰ ਆਵਾਂ। ਅਗਰ ਡਰਾਮੇ ਦਾ ਇਹ ਮਸਲ ਕਿ ਉਹ ਜੁਗਤ ਤੋਂ ਸ਼ੁਰੂ ਹੁੰਦਾ, ਜੁਗਤ 'ਤੇ ਖਤਮ ਹੋ ਜਾਂਦਾ, ਇਹੋ ਜਿਹੇ ਡਰਾਮੇ ਹੁੰਦੇ ਨੇ, ਇਹੋ ਜਿਹੇ ਡਰਾਮੇ ਦਾ ਤਾਂ ਮੈਂ ਆਰਟਿਸਟ ਹੀ ਨਹੀਂ। ਤਾਰਕ ਜਵੇਦ ਸਾਹਿਬ ਉਹ ਲੋਕ ਸਨ ਜਿਹਨੇ ਲਾਹੌਰੋਂ ਮੇਰੇ ਲਈ ਉਹ ਉਹਨਾਂ ਦਾ ਲਿਖਿਆ ਹੁੰਦਾ ਕਾਸਟ ਮੇਰਾ ਕੋਲ ਹੈ,